ਜੇ ਮੈਂ ਗੱਲ ਕਰਾਂ ਡਿਸਿਪਲਨ ਦੀ, ਇਸ ਇੰਸਟੀਟਿਊਸ਼ਨ ਦਾ ਜਿਹੜਾ ਡਿਸਿਪਲਨ ਹੈ ਉਹ ਜਸਟ ਲਾਈਕ ਆ ਇੰਡੀਅਨ ਆਰਮੀ ਡਿਸਿਪਲਨ। ਔਰ ਬੱਚਿਆਂ ਦੇ ਅਕਾਦਮਿਕ ਰਿਜ਼ਲਟਸ ਦੀ ਗੱਲ ਕਰੀਏ ਤਾਂ ਲਾਸਟ ਈਅਰ ਮੈਟ੍ਰਿਕ ਦੇ ਵਿੱਚੋਂ 5 ਜ਼ਿਲ੍ਹਿਆਂ ਦੀ ਟੋਪਰ ਇਸ ਅਦਾਰੇ ਦੀ ਬੱਚੀ ਰਹੀ ਆ ਬੇਟੀ ਅਗਮਪ੍ਰੀਤ ਕੌਰ। ਸੀਸੀ ਦੇ ਵਿੱਚ ਇਸ ਅਦਾਰੇ ਦੇ 2 ਬੱਚੇ ਰਿਪਬਲਿਕ ਡੇ ਪਰੇਡ ਦੇ ਵਿੱਚ ਪਾਰਟੀਸਪੇਟ ਕਰ ਚੁੱਕੇ ਹੈ। ਚੈਨਲ 'ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ ਆਏ ਹਾਂ ਵਿਦਿਆ ਦੀ ਦਾਨੀ ਸੰਸਥਾ ਮੇਜਰ ਅਜੈਬ ਸਿੰਘ ਕੋਨਵੈਂਟ ਸਕੂਲ, ਜਿਹੜਾ ਕਿ ਉਸ ਸਮੇਂ ਦੇ ਉੱਤੇ ਇੱਕ ਵਿਜ਼ਨ ਲੈ ਕੇ ਖੋਲ੍ਹਿਆ ਗਿਆ ਜਦੋਂ ਇਹ ਪੇਂਡੂ ਏਰੀਏ ਦੇ ਵਿੱਚ ਲੋਕਾਂ ਨੂੰ, ਬੱਚਿਆਂ ਨੂੰ ਬਹੁਤ ਦੂਰ ਦੂਰ ਜਾਣਾ ਪੈਂਦਾ ਸੀਗਾ। ਔਰ ਅੱਜ ਅਸੀਂ ਦੇਖ ਰਹੇ ਹਾਂ ਕਿ ਉਹ ਜਿਹੜਾ ਛੋਟਾ ਜਿਹਾ ਬੂਟਾ ਲੱਗਿਆ ਸੀ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰਕੇ ਅੱਜ ਸ਼ਹਿਰਾਂ ਤੋਂ ਬੱਚੇ ਇੱਥੇ ਆ ਕੇ ਪੜ੍ਹ ਰਹੇ ਨੇ। ਔਰ ਗੱਲ ਕਰ ਰਹੇ ਹਾਂ ਉਸ ਕ੍ਰਿਏਟਰ ਦੇ ਨਾਲ ਜਿਹਨੇ ਆਪਣੀ ਸਾਰੀ ਜ਼ਿੰਦਗੀ ਬਹੁਤ ਸੇਵਾ ਦੇ ਵਿੱਚ ਔਰ ਬਹੁਤ ਮਿਹਨਤ ਕਰਕੇ ਇਸ 'ਚ ਬੱਚਿਆਂ ਨੂੰ ਇੱਕ ਨਈ ਜ਼ਿੰਦਗੀ ਦੇਣ ਦੇ ਲਈ ਲਗਾਈ ਹੈ। ਸਾਡੀ ਮੁਰਾਦ ਹੈ SS ਬਰਾੜ ਜੀ ਦੇ ਨਾਲ। ਸਰ, ਸਵਾਗਤ ਹੈ ਤੁਹਾਡਾ ਸਾਡੇ ਸਪੈਸ਼ਲ ਸ਼ੋਅ 'ਚ। ਬਹੁਤ ਧੰਨਵਾਦ ਜੀ। ਮੈਂ ਪੰਜਾਬ ਪਲੱਸ TV ਦਾ ਧੰਨਵਾਦੀ ਹਾਂ ਕਿ ਤੁਸੀਂ ਇੱਥੇ ਆਏ ਹੋ ਔਰ ਅਦਾਰਾ ਮੇਜਰ ਅਜੈਬ ਸਿੰਘ ਕੋਨਵੈਂਟ ਸਕੂਲ ਦੀ ਜਿੱਥੋਂ ਤੱਕ ਗੱਲ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਇੱਕ ਵਿੰਟੇਜ ਸਕੂਲ ਹੈ ਜਿਹਦੇ 'ਚ ਅਲਟਰਾ ਮਾਡਰਨ ਸਬਜੈਕਟਸ ਦੀ ਸਟੱਡੀ ਕਰਵਾਈ ਜਾਂਦੀ ਹੈ, ਜਿਹਦੇ ਵਿੱਚ ਡਰੋਨ ਅਕੈਡਮੀ ਹੈ, ਆਰਟੀਫਿਸ਼ਲ ਇੰਟੈਲੀਜੈਂਸੀ ਵਰਗੇ, ਡੇਟਾ ਸਾਇੰਸਿਸ ਵਰਗੇ ਸਬਜੈਕਟ ਜਿਹੜੇ ਆ ਉਹ ਟੀਚ ਕੀਤੇ ਜਾਂਦੇ ਆ। ਔਰ ਜੇ ਮੈਂ ਗੱਲ ਕਰਾਂ ਡਿਸਿਪਲਨ ਦੀ, ਇਸ ਇੰਸਟੀਟਿਊਸ਼ਨ ਦਾ ਜਿਹੜਾ ਡਿਸਿਪਲਨ ਹੈ ਉਹ ਜਸਟ ਲਾਈਕ ਆ ਇੰਡੀਅਨ ਆਰਮੀ ਡਿਸਿਪਲਨ। ਔਰ ਬੱਚਿਆਂ ਦੇ ਅਕਾਦਮਿਕ ਰਿਜ਼ਲਟਸ ਦੀ ਗੱਲ ਕਰੀਏ ਤਾਂ ਲਾਸਟ ਈਅਰ
ਮੈਟ੍ਰਿਕ ਦੇ ਵਿੱਚੋਂ 5 ਜ਼ਿਲ੍ਹਿਆਂ ਦੀ ਟੌਪਰ ਇਸ ਅਦਾਰੇ ਦੀ ਬੱਚੀ ਰਹੀ ਆ, ਬੇਟੀ ਅਗਮਪ੍ਰੀਤ ਕੌਰ। ਔਰ ਪਲੱਸ 2 ਮੈਡੀਕਲ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਵਿੱਚੋਂ 3ਰੀ ਪੁਜੀਸ਼ਨ ਵੀ ਇਸ ਅਦਾਰੇ ਦੇ ਹਿੱਸੇ ਆਈ ਹੈ। ਔਰ ਇਸ ਦੇ ਨਾਲ ਨਾਲ ਬੱਚਿਆਂ ਦੀਆਂ ਸਾਇੰਟੀਫਿਕ ਐਕਟੀਵਿਟੀਜ਼ ਦੇ ਵਿੱਚ ਇਸ ਅਦਾਰੇ ਦੀਆਂ ਪ੍ਰਾਪਤੀਆਂ ਬੇਹੱਦ ਸ਼ਲਾਘਾਯੋਗ ਰਹੀਆਂ। ਇਸ ਅਦਾਰੇ ਦੇ ਬੱਚੇ ਹੁਣ ਤੱਕ 2 ਦਫ਼ਾ ਨਾਸਾ ਅਮੈਰੀਕਾ ਵਿਜ਼ਿਟ ਕਰ ਚੁੱਕੇ ਹੈ। UK ਦੇ ਵਿੱਚ ਹੋਏ ਕਲਚਰਲ ਮੁਕਾਬਲਿਆਂ ਦੇ ਵਿੱਚ ਵਰਲਡ ਸਟ੍ਰੀਟ ਡਾਂਸ ਦੇ ਵਿੱਚੋਂ ਵੀ ਅਸੀਂ ਪਹਿਲੇ ਨੰਬਰ 'ਤੇ ਆ ਚੁੱਕੇ ਹਾਂ। ਔਰ ਜੇ ਮੈਂ ਗੱਲ ਕਰਾਂ NCC ਦੀ, ਤਾਂ NCC ਦੇ ਵਿੱਚ ਇਸ ਅਦਾਰੇ ਦੇ 2 ਬੱਚੇ ਰਿਪਬਲਿਕ ਡੇ ਪਰੇਡ ਦੇ ਵਿੱਚ ਪਾਰਟੀਸਪੇਟ ਕਰ ਚੁੱਕੇ ਹੈ। ਔਰ RD ਪਰੇਡ ਦੇ ਵਿੱਚ ਪਾਰਟੀਸਪੇਟ ਕਰਨਾ ਇੱਕ ਬਹੁਤ ਹੀ ਵੱਡੇ ਪ੍ਰਾਊਡ ਦੀ ਗੱਲ ਹੁੰਦੀ ਆ। ਜੇ ਮੈਂ ਗੱਲ ਕਰਾਂ ਫਰੀਦਕੋਟ ਜ਼ਿਲ੍ਹੇ ਦੀ, 1972 ਤੋਂ ਇਹ ਜ਼ਿਲ੍ਹਾ ਹੋਂਦ ਵਿੱਚ ਆਇਆ, ਤਾਂ ਇੱਥੋਂ ਦੇ ਹੁਣ ਤੱਕ ਇਸ ਜ਼ਿਲ੍ਹੇ ਦੇ 4 ਬੱਚੇ RD ਪਰੇਡ 'ਚ ਜਾ ਸਕੇ ਹੈ, ਜਿਹਦੇ 'ਚੋਂ 2 ਕੈਡਿਟ ਗਵਰਨਮੈਂਟ ਬਰਜਿੰਦਰਾ ਕਾਲਜ ਦੇ ਸੀ ਔਰ 2 ਕੈਡਿਟ ਮੇਜਰ ਰਜੈਬ ਸਿੰਘ ਗੌਰਮੈਂਟ ਸਕੂਲ ਦੇ ਸੀ। ਟਰਾਂਸਪੋਰਟ ਦੀ ਗੱਲ ਕੀਤੀ ਜਾਵੇ, ਬੱਚਿਆਂ ਦੇ ਜਿਹੜਾ ਟਰਾਂਸਪੋਰਟੇਸ਼ਨ ਦੇ ਮਾਮਲੇ ਦੇ ਵਿੱਚ ਸਕੂਲ ਦਾ ਆਪਣਾ ਕਾਫੀ ਵੱਡਾ ਬੱਸਿਸ ਦਾ ਫਲੀਟ ਹੈ। ਕਰੀਬ 100 ਪਿੰਡਾਂ ਅਤੇ ਸ਼ਹਿਰਾਂ ਦੇ ਵਿੱਚ ਇਹਦੀ ਸਰਵਿਸਿਜ਼ ਦਿੱਤੀਆਂ ਜਾ ਰਹੀਆਂ। 4 ਜ਼ਿਲ੍ਹੇ ਆ ਜਿਹਦੇ 'ਚ ਫਰੀਦਕੋਟ, ਮੋਗਾ, ਮੁਕਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਨੂੰ ਇਹ ਸਕੂਲ ਸਰਵ ਕਰ ਰਿਹਾ ਹੈਗਾ। ਔਰ ਮੈਂ ਸਾਰੇ ਹੀ ਦਰਸ਼ਕਾਂ ਨੂੰ ਇਹ ਦੱਸਦਿਆਂ ਬੜੀ ਖੁਸ਼ੀ ਮਹਿਸੂਸ ਕਰ ਰਿਹਾ ਹੈ ਕਿ ਅਗਲਾ ਸਾਲ 2025 ਇਸ ਅਦਾਰੇ ਦਾ ਰੂਬੀ ਜੁਬਲੀ ਈਅਰ ਹੈਗਾ। 40 ਸਾਲ ਦਾ ਸ਼ਾਨਦਾਰ ਸਫ਼ਰ ਅਸੀਂ ਅਕਾਦਮਿਕ ਖੇਤਰ ਦੇ ਵਿੱਚ ਪੂਰਾ ਕਰ ਲਵਾਂਗੇ। ਔਰ ਇਹਦੇ ਲਈ ਜਿਹੜਾ ਸਹਿਯੋਗ ਮਿਲਿਆ ਮੈਨੂੰ ਸਿਵਲ ਪ੍ਰਸ਼ਾਸਨ ਤੋਂ, ਪੁਲਿਸ ਪ੍ਰਸ਼ਾਸਨ ਤੋਂ, ਪ੍ਰੈਸ ਤੋਂ, ਮੇਰੇ ਸਟਾਫ ਤੋਂ ਔਰ ਮੇਰੇ ਸਟੂਡੈਂਟਸ ਦੇ ਮਾਪਿਆਂ ਤੋਂ, ਇਲਾਕੇ ਦੇ ਪਤਵੰਤੇ ਲੋਕਾਂ ਤੋਂ, ਸਰਪੰਚਾਂ ਤੋਂ, ਮੈਂ ਹਮੇਸ਼ਾ ਹੀ ਉਸ ਸਹਿਯੋਗ ਦਾ ਰਿਣੀ ਰਹਾਂਗਾ। ਕਿਉਂਕਿ ਅਦਾਰਾ ਚਲਾਉਣ ਦਾ ਇੱਕ ਵੱਡਾ ਕਾਰਜ ਆ ਜਿਹੜਾ ਵਿੱਦਿਅਕ ਅਦਾਰਿਆਂ ਨੂੰ ਚਲਾਉਣ ਦਾ, ਤਾਂ ਉਹਦੇ ਵਿੱਚ ਕੋਈ ਇੱਕ ਪਰਸਨ ਬਹੁਤਾ ਕੁਛ ਨਹੀਂ ਕਰ ਸਕਦਾ ਜਿੰਨੀ ਦੇਰ ਤੁਹਾਨੂੰ 4 ਸਪੇਰੇ ਤੋਂ ਇਹਦਾ ਸਹਿਯੋਗ ਨਹੀਂ ਮਿਲਦਾ। ਔਰ ਇਹ ਸਹਿਯੋਗ ਨਾਲ ਅਸੀਂ ਹੁਣ ਤੱਕ ਜਿੰਨੀਆਂ ਕੁ ਪਰਸਨੈਲਿਟੀ ਡਿਵੈਲਪ ਕੀਤੀਆਂ, ਉਹ ਮੈਂ ਕਹਿ ਸਕਦਾ ਕਿ ਆਲਰਾਊਂਡਰ ਬੱਚੇ ਪੈਦਾ ਕੀਤੇ ਹੈਗੇ ਆ ਅਸੀਂ, ਜਿਹੜੇ ਕਿ ਜ਼ਿੰਦਗੀ ਦੇ ਹਰ ਇੱਕ ਸ਼ੋਬੇ ਦੇ ਵਿੱਚ ਕਾਮਯਾਬ ਹੈ। ਔਰ ਸਮਾਜ ਲਈ, ਉਹ ਪਰਿਵਾਰ ਲਈ ਤਾਂ ਯੂਜ਼ਫੁੱਲ ਹੈ ਹੀ ਹੈ ਬੱਚੇ, ਪੂਰੇ ਸਮਾਜ ਲਈ ਜਾਂ ਜਿਸ ਵੀ ਕੰਟਰੀ 'ਚੋਂ ਵੱਸ ਰਹੇ ਆ ਉਸ ਕੰਟਰੀ ਲਈ ਵੀ ਉਹ ਯੂਜ਼ਫੁੱਲ ਸਿਟੀਜਨ ਵਜੋਂ ਵਿਚਰ ਰਹੇ ਆ। ਸੋ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਤਕਰੀਬਨ ਹਰ ਕੰਟਰੀ ਦੇ ਵਿੱਚ ਔਰ ਹਰ ਫੀਲਡ ਦੇ ਵਿੱਚ ਮੇਜਰ ਰਜੈਬ ਸਿੰਘ ਸਕੂਲ ਦੇ ਜਿਹੜੇ ਬੱਚੇ ਉਹ ਸੇਵਾਵਾਂ ਦੇ ਰਹੇ ਨੇ। ਔਰ ਤੁਹਾਡੀ ਮਾਇੰਡ ਹਮੇਸ਼ਾ ਇਹ ਹੁੰਦਾ ਕਿ ਮੈਂ ਆਪਣੇ ਦੇਸ਼ ਦੇ ਲਈ, ਕਿ ਮੈਂ ਆਪਣੇ IAS PCS ਔਫਿਸਰਸ ਬਣਾਵਾਂ ਆਪਣੇ ਬੱਚਿਆਂ ਨੂੰ, ਔਰ NCC ਦੇ ਵਿੱਚ ਜਾਣ, NSS ਜਾਣ, ਕੀ ਕਹਿਣਾ ਚਾਹੋਗੇ ਕਿ ਕਾਫੀ ਤੁਹਾਡਾ ਮਾਇੰਡ ਰਹਿੰਦਾ ਕਿ ਮੈਂ ਆਪਣੇ ਜਿਹੜੇ ਪੰਜਾਬ ਦੇ ਨੌਜਵਾਨ ਹੈਗਾ ਉਹਨਾਂ ਨੂੰ ਗਾਈਡ ਕਰਾਂ? ਔਰ ਤੁਹਾਡੀ ਗਾਈਡੈਂਸ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਹੈਗੇ ਆ ਉਹ ਇੰਡੀਆ ਦੇ ਵਿੱਚ ਹੀ ਵੱਡੇ ਔਫਿਸਰ ਬਣ ਕੇ ਸੇਵਾ ਕਰ। ਅੱਜ ਤੋਂ ਕੋਈ 24 ਸਾਲ ਪਹਿਲਾਂ
ਕਿਸੇ ਪ੍ਰੋਗਰਾਮ 'ਚ ਬੋਲਦਿਆਂ ਮੈਂ ਇੱਕ ਗੱਲ ਕਹੀ ਸੀ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਲਈ ਕੁਛ ਖਤਰਨਾਕ ਸਮਾਂ ਹੋਏਗਾ, ਔਰ ਉਹਦੇ 'ਚ 3 M ਡਿਫਾਈਨ ਕੀਤੇ ਸੀ, ਮੋਬਾਈਲ, ਮੋਟਰਸਾਈਕਲ ਅਤੇ ਮੀਡੀਆ। ਅਗਰ ਇਹ ਅਸੀਂ ਆਉਣ ਵਾਲੇ ਸਮੇਂ 'ਚ ਆਪਦੇ ਬੱਚਿਆਂ ਨੂੰ ਇਹ 3 M ਤੋਂ ਬਚਾ ਲਵਾਂਗੇ, ਮੋਬਾਈਲ, ਮੋਟਰਸਾਈਕਲ ਅਤੇ ਮੀਡੀਆ। ਮੈਂ ਜਦੋਂ ਇਹ ਗੱਲ ਕੀਤੀ ਤਾਂ ਉਦੋਂ ਮੋਬਾਈਲ ਫੋਨ ਸਰਵਿਸਿਜ਼ ਇੰਡੀਆ ਦੇ ਵਿੱਚ ਆਇਆ 4 ਸਾਲ ਹੋਏ ਸੀ ਜੀ, 96 'ਚ ਮੋਬਾਈਲ ਸਰਵਿਸਿਜ਼ ਆਈਆਂ ਸੀ ਅਤੇ ਮੈਂ ਇਹ ਗੱਲ 2000 'ਚ ਕਹੀ ਸੀ, ਉਹ ਗੱਲ ਹੁਣ ਸਾਹਮਣੇ ਆ ਰਹੀ ਹੈ। ਔਰ ਜਿਹੜੀ ਤੁਸੀਂ ਵਿਦੇਸ਼ਾਂ ਦੇ ਵਸਣ ਦੀ ਗੱਲ ਕੀਤੀ ਹੈ, ਵੇਖੋ ਮਾਈਗ੍ਰੇਸ਼ਨ ਤਾਂ ਮੁੱਢ ਕਦੀਮੀ ਤੋਂ ਚੱਲਦੀ ਆ ਰਹੀ ਹੈ, ਬਹੁਤ ਸਦੀਆਂ ਪਹਿਲਾਂ ਤੋਂ ਹੀ ਜਿਹੜੇ ਬਛਿੰਦੇ ਸਨ ਵੱਖ ਵੱਖ ਥਾਵਾਂ 'ਚ ਰਹਿਣ ਵਾਲੇ, ਉਹ ਚੰਗੇ ਰੋਜ਼ੀ ਰੋਟੀ ਦੀ ਭਾਲ ਵਿੱਚ, ਚੰਗੀਆਂ ਫਸਲਾਂ ਅਤੇ ਚੰਗੇ ਵੈਦਰ ਦੀ ਭਾਲ ਵਿੱਚ ਮਾਈਗ੍ਰੇਟ ਕਰਦੇ ਰਹੇ ਹੈ। ਪਰ ਜਿਹੜਾ ਹੁਣ ਪੰਜਾਬ ਦੇ ਵਿੱਚ ਜਿਹੜੀ ਮਾਈਗ੍ਰੇਸ਼ਨ ਚੱਲ ਰਹੀ ਹੈ, ਜਿਹੜੀ ਇਹ ਬ੍ਰੇਨ ਡਰੇਨ ਚੱਲ ਰਹੀ ਹੈ, ਇਹ ਇਟਸ ਵੈਰੀ ਡੇਂਜਰਸ। ਔਰ ਇਹਦੇ ਲਈ ਅਸੀਂ ਫੈਡਰੇਸ਼ਨ ਦੇ ਤੌਰ 'ਤੇ ਵੀ, ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਵੱਲੋਂ ਵੀ ਕੁਛ ਕੰਮ ਕਰ ਰਹੇ ਹੈਗੇ ਹਾਂ ਕਿ ਹਾਊ ਟੂ ਸਟੋਪ ਦਿਸ ਬ੍ਰੇਨ ਡਰੇਨ। ਉਹਦੇ ਲਈ ਬੱਚਿਆਂ ਨੂੰ ਅਗਵਾਈ ਲੀਆਂ ਦਿੱਤੀਆਂ ਜਾਂਦੀਆਂ ਹੈਗੀਆਂ ਕਿ ਸਾਡੇ ਮੁਲਕ ਦੇ ਵਿੱਚ ਵੀ, ਹੁਣ ਮੈਂ ਕਿਉਂਕਿ ਮੈਂ ਬਹੁਤ ਸਾਰੇ ਮੁਲਕਾਂ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਮੈਨੂੰ, ਜਿਹੜਾ ਇਨਫਰਾਸਟ੍ਰਕਚਰ ਹੈ ਉਹ ਡਿਵੈਲਪਡ ਕੰਟਰੀ ਦੇ ਹਾਣ ਦਾ ਹੈ। ਇੱਥੇ ਖਾਸ ਕਰਕੇ ਜੇ ਮੈਂ ਰੋਡ ਇਨਫਰਾਸਟ੍ਰਕਚਰ ਦੀ ਗੱਲ ਕਰਾਂ ਤਾਂ ਸਾਡੀਆਂ ਇੰਡੀਅਨ ਰੋਡ ਜਿਹੜੀਆਂ ਹੈਗੀਆਂ ਉਹ ਦੁਨੀਆ ਦੇ ਜਿਹੜੇ ਡਿਵੈਲਪਡ ਕੰਟਰੀ ਹੈ ਉਹਨਾਂ ਨਾਲ ਮੈਚ ਕਰਦੀਆਂ ਜੀ। ਅਤੇ ਇਹ ਬੇਸਿਕ ਢਾਂਚਾ ਜਦੋਂ ਇੰਨਾ ਮਜ਼ਬੂਤ ਹੋ ਜਾਏਗਾ ਤਾਂ ਇੰਡੀਆ ਦੇ ਵਿੱਚ ਰਹਿ ਕੇ ਵੀ, ਪੰਜਾਬ ਦੇ ਵਿੱਚ ਰਹਿ ਕੇ ਵੀ ਬਹੁਤ ਤਰੱਕੀ ਕੀਤੀ ਜਾ ਸਕਦੀ ਹੈ। ਔਰ ਪੰਜਾਬ ਦੀ ਜਿਹੜੀ ਜੋਗ੍ਰਾਫਿਕਲ ਪੋਜੀਸ਼ਨ ਹੈ ਇਹ ਆਪਣੇ ਆਪ 'ਚ ਹੀ ਇੱਕ ਬਹੁਤ ਹੀ ਅੱਛੀ ਜੋਗ੍ਰਾਫਿਕਲ ਪੋਜੀਸ਼ਨ ਹੈ। ਇੱਥੋਂ ਦਾ ਵੈਦਰ, ਇੱਥੋਂ ਦਾ ਪੌਣ ਪਾਣੀ, ਇੱਥੋਂ ਦਾ ਰਹਿਣ ਸਹਿਣ ਜਿਹੜਾ ਇਹ ਮਨੁੱਖਾਂ ਦੇ ਓਪਨ ਰਹਿਣ ਲਈ ਬੜਾ ਹੀ ਫਾਇਦੇਮੰਦ ਹੈਗਾ, ਸੂਟੇਬਲ ਹੈਗਾ। ਸੋ ਮੈਂ ਇੱਕ ਵਾਰੀ ਫਿਰ ਬੱਚਿਆਂ ਨੂੰ ਉਚੇਚੇ ਤੌਰ 'ਤੇ ਯੰਗ ਬੱਚਿਆਂ ਨੂੰ ਕਹਿਣਾ ਚਾਹੂੰਗਾ ਵੀ ਜੇਕਰ ਤੁਹਾਡੇ ਪੇਰੈਂਟਸ ਦੀ ਪੋਕਿਟ ਦੇ ਵਿੱਚ ਇਨਫ ਮਨੀ ਹੈ ਫਿਰ ਤਾਂ ਤੁਸੀਂ ਬਾਹਰ ਜਾਣ ਬਾਰੇ ਸੋਚੋ, ਪਰ ਜੇਕਰ ਤੁਹਾਡੇ ਪੇਰੈਂਟਸ ਕਰਜ਼ਾ ਚੱਕ ਕੇ ਜਾਂ ਜ਼ਮੀਨ ਜਾਇਦਾਦ ਨੂੰ ਸੇਲ ਕਰਕੇ ਤੁਹਾਨੂੰ ਬਾਹਰ ਭੇਜਣ ਦਾ ਇੰਤਜ਼ਾਮ ਕਰ ਰਹੇ ਆ ਤਾਂ ਫਿਰ ਉਹਨਾਂ 'ਤੇ ਆਪਣੇ ਮਾਪਿਆਂ 'ਤੇ ਉਹਨਾਂ ਬੱਚਿਆਂ ਨੂੰ ਕੁਛ ਤਰਸ ਕਰਨ ਦੀ ਜ਼ਰੂਰਤ ਹੈ। ਸਰ ਬਹੁਤ ਬਹੁਤ ਧੰਨਵਾਦ। ਅਸੀਂ ਕਾਫੀ ਦੇਰ ਤੋਂ ਸਾਡੇ ਮਾਇੰਡ ਸੀਗਾ ਕਿਉਂਕਿ ਜਦੋਂ ਅਸੀਂ ਬਾਹਰੋਂ ਖੁਸ਼ਬੂਆਂ ਤੁਹਾਡੀਆਂ ਲੈਂਦੇ ਸੀਗੇ, ਲੋਕ ਦੱਸਦੇ ਸੀਗੇ ਕਿ ਐਸਾ ਸਕੂਲ ਭਾਈ, ਐਸੀ ਉਹਨਾਂ ਦੀ ਬਰਾੜ ਸਾਹਿਬ ਦੀ ਮਿਹਨਤ ਹੈ, ਔਰ ਐਸਾ ਪੇਂਡੂ ਏਰੀਏ ਦੇ ਵਿੱਚ ਤੁਸੀਂ ਕਹਿੰਦਾ ਸੋਚ ਹੀ ਨਹੀਂ ਸਕਦੇ ਕਿ ਇੰਨੀ ਉਹਨਾਂ ਦੀ ਹੈਲਪ ਮਿਹਨਤ ਕੀਤੀ ਹੋਈ ਹੈ। ਔਰ ਜਦੋਂ ਅਸੀਂ ਫੈਪ ਦੇ ਵਾਰਡਸ ਦੇਖਦੇ ਹਾਂ ਜਾਂ ਹੋਰ ਅਸੀਂ ਦੇਖਦੇ ਹਾਂ ਕਿ ਮੇਜਰ ਅਜੈਬ ਸਿੰਘ ਸਕੂਲ ਜਿਹੜਾ ਹਰ ਥਾਂ 'ਤੇ ਛਾਇਆ ਹੁੰਦਾ, ਜਿੱਦਾਂ ਤੁਸੀਂ ਦੱਸਿਆ ਕਿ ਡਿਸਟ੍ਰਿਕਟ ਦੇ ਵਿੱਚੋਂ ਜਿਹੜੇ ਹੈਗੀਆਂ 5-5 ਡਿਸਟ੍ਰਿਕਟਾਂ ਦੇ ਵਿੱਚੋਂ ਪੁਜੀਸ਼ਨਾਂ, ਔਰ ਹਮੇਸ਼ਾ ਹਰ ਸੈਕਟਰ 'ਚ ਹੀ ਤੁਸੀਂ ਅੱਗੇ ਹੁੰਦੇ ਹੋ। ਤੁਹਾਡਾ ਸਾਨੂੰ ਸਮਾਂ ਦੇਣ ਲਈ ਸਰ ਬਹੁਤ ਬਹੁਤ ਧੰਨਵਾਦ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਆਏ, ਬਹੁਤ ਧੰਨਵਾਦ ਤੁਹਾਡਾ। ਆਈ ਐਮ ਦਾ ਇੰਚਾਰਜ ਆਫ ATL ਲੈਬ ਇਨ ਮੇਜਰ ਅਜੈਬ ਸਿੰਘ ਕੋਨਵੈਂਟ ਸਕੂਲ। ਦਿਸ ਇਜ਼ ਆਰ ATL ਲੈਬ। ਫਸਟ ਆਫ ਆਲ ਦੇਅਰ ਇਜ਼ ਅ 3D ਪ੍ਰਿੰਟਰ ਇਨ ਵਿੱਚ ਵੀ ਮੇਡ ਦਾ 3D ਮਾਡਲਸ ਬਾਈ ਯੂਜਿੰਗ ਦਾ 3D ਫਿਲਾਮੈਂਟ। ਦੀਸ ਆਰ ਸਮ 3D ਮਾਡਲਸ ਦੈਟ ਵੀ ਹੈਵ ਡਿਜ਼ਾਈਨ ਇਨ ਆਰ ਲੈਬ। ਦੀਸ ਆਰ ਸਮ ਡਰੋਨ ਬੈਜਿਸ ਦੈਟ ਇਜ਼ ਆਲਸੋ ਕ੍ਰੀਏਟਡ ਇਨ ਦਾ ਲੈਬ। ਦੇਅਰ ਇਜ਼ ਅ ਡਰੋਨ that we have built in this lab.
this is the like this, ये हमारा रिमोट है, इसके द्वारा हम इसकी फ्लाइंग करते हैं. दिस इज ऑल्सो क्रिएटेड इन अ लैब. देन वी हैव द एरो मॉडल, इसको भी हमारे बच्चों के द्वारा थ्रू द हेल्प ऑफ इंस्ट्रक्टर लैब में बनाया गया है. सारी किट्स हैं जिसका यूज करते हैं हम लैब के अंदर, और बच्चों को बहुत तरह के प्रोजेक्ट्स को सिखाया जाता है. ये हमारी किट्स हैं, लाइक ये हमारी है सोल्डरिंग किट है, इसको यूज करते हैं. ये हमारी बायोमेडिकल किट है, इसके द्वारा हम बहुत सारे प्रोजेक्ट बनाते हैं. ये हमारी वाटर सैनिटेशन किट है, इसको यूज करते हैं हम बहुत सारे मॉडल्स को डिजाइन करते हैं. ये हमारी वाटर सैनिटेशन किट है, इनका सामान को यूज करके हम बच्चों को बहुत सारे मॉडल्स जो है डिजाइन करने सिखाते हैं. दीज आर द मॉडल्स दैट आर प्रिपेयर्ड बाय आवर स्टूडेंट्स इन द एटीएल लैब. ये सारे वर्किंग मॉडल्स हैं जो हमारे बच्चे लैब में तैयार करते हैं, और फिर इसको अलग अलग पार्टिसिपेशन करते हैं. जो भी कॉम्पिटिशन आते हैं, चैलेंजेस आते हैं, उनके द्वारा अलग अलग प्राइजेस को विन किया जाता है. सर, हर रोज जड़ा झड़ियां लगदियां नामा दियां, और आज भी मैडम ज्योति जिदा अवार्ड ऑफ ऑनर लेके आई है, की कहना चाहोगे? बहुत खुशी की गल है कि मेरे नाल जिहड़ी टीम काम कर रही है, ऑल आर वेरी कॉम्पिटेटिव पर्सनस, एंड मैडम ज्योति तोमर लेक्चरर कमिस्ट्री, इन्हां दीआं साइंस दे फील्ड दे विच बहुत वड्डीआं प्राप्तियां. और अज भी गुरु गोबिंद सिंह मैडिकल यूनिवर्सिटी ऑफ हैल्थ साइंस फरीदकोट विखे वीसी साहब ने इन्हां दा विशेष ऑनर किया हैगा. मैं बहुत मुबारकबाद देनी चाहुंदा डॉक्टर ज्योति तुहानूं, और बड़ी खुशी महसूस हो रही है.